ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਜੋ ਸ਼ਬਦ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈ ਬਸੰਤ ਹਿੰਡੋਲ ਮਹੱਲਾ ਚੌਥਾ। ਹਮਰੇ ਕਰਮ ਨਾ ਵਿਚਰੋ ਠਾਕੁਰ, ਤੁਮ ਪੈਜ ਰੱਖੋ ਆਪਣੀ ਦੇਹ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1178 ਅੰਕ 'ਤੇ ਸੁਪਾਇਮਾਨ ਹੈ। ਇਸ ਸ਼ਬਦ ਦੀ ਟਿਊਨਿੰਗ ਭਾਈ ਸਾਹਿਬ ਭਾਈ ਅਵਨੀਤ ਸਿੰਘ ਜੀ ਕਾਨਪੁਰ ਵਾਲਿਆਂ ਦੀ ਹੈ। ਆਓ ਜੀ ਅਸੀਂ ਸ਼ਬਦ ਸ਼ੁਰੂ ਕਰੀਏ। हमरे करम ना बिचरो ठाकुर, हमरे करम ना बिचरो ठाकुर, तुम पैज रखो, तुम पैज रखो, ਸ਼ਰਨ ਪਵੀਦੇ, ਜਨ ਨਾਨਕ ਸ਼ਰਨ ਪਵੀਦੇ, ਤੁਮ ਪੈਜ ਰੱਖੋ, ਤੁਮ ਪੈਜ ਰੱਖੋ, ਤੁਮ ਪੈਜ ਰੱਖੋ ਆਪਣੀ ਦੇ। ਹਮਰੇ ਕਰਮ ਨਾ ਵਿਚਰੋ ਠਾਕੁਰ, ਤੁਮ ਪੈਜ ਰੱਖੋ, ਤੁਮ ਪੈਜ ਰੱਖੋ, ਤੁਮ ਪੈਜ ਰੱਖੋ ਹਰ ਪਾਵੇ ਸੁਣ ਬਿਨੋ ਬੇਨਤੀ, ਜਨ ਨਾਨਕ ਸਰਣ ਪਵੀਦੇ, ਜਨ ਨਾਨਕ ਸਰਣ ਪਵੀਦੇ, ਤੁਮ ਪੈਜ ਰੱਖੋ, ਤੁਮ ਪੈਜ ਰੱਖੋ, ਤੁਮ ਪੈਜ ਰੱਖੋ ਆਪਣੀ ਦੇ। ਇਸ ਸ਼ਬਦ ਦੀ ਸਥਾਈ ਹੈ ਜੀ। ਹੁਣ ਅਸੀਂ ਅੰਤਰਾ ਦੇਖੀਏ। ਇੱਕ ਖਿਨ ਮਨੁਆ ਰਹਿ ਨਾ ਸਕੇ, ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੇ, ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੇ, ਹਰ ਹਰ ਨਾਮ ਰਸ ਗੀਤੇ। ਨੈਕਸਟ ਲਾਈਨ ਦੀ ਸੇਮ ਟਿਊਨਿੰਗ। ਜਿਉਂ ਬਾਰਿਕ ਰਸਕ ਪਰਿਓ ਥਨ ਮਾਤਾ, ਜਿਉਂ ਬਾਰਿਕ ਰਸਕ ਪਰਿਓ ਥਨ ਮਾਤਾ, ਥਨ ਕਾਢੇ ਬਿਲਲ ਬਲੀ ਦੇ, ਥਨ ਕਾਢੇ ਬਿਲਲ ਬਲੀ ਦੇ। ਆਓ ਇੱਕ ਅੰਤਰਾ ਅਸੀਂ ਔਰ ਗਾ ਕੇ ਦੇਖੀਏ। ਗੋਬਿੰਦ ਜੀਓ, ਗੋਬਿੰਦ ਜੀ
जी का खालसा, वाहेगुरु जी की फतेह।